ਚੋਟ ਪਈ ਖਰਚਾਮੀ ਦਲਾਂ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆ ਕੇ। ਹੁਣ ਕੀ ਆ ਖਰਚਾਮੀ ਦਾ ਅਰਥ ਹੈ ਇੱਥੇ ਖੋਤੇ ਦੇ ਚੰਮ ਨਾਲ ਮੜਿਆ ਨਗਾਰਾ। ਕਹਿੰਦੇ ਜੰਗ ਦੇ ਮੈਦਾਨ ਵਿੱਚ ਕੀ ਹੋਇਆ, ਖੋਤੇ ਦੇ ਚੰਮ ਨਾਲ ਮੜੇ ਨਗਾਰੇ ਦੇ ਉੱਤੇ ਧੁੰਸਾ ਵੱਜਿਆ ਅਤੇ ਦੋਹਾਂ ਦਲਾਂ ਦਾ ਮੁਕਾਬਲਾ ਮਤਲਬ ਰਾਕਸ਼ਾਂ ਅਤੇ ਦੇਵਤਿਆਂ ਦਾ ਜੰਗ ਸ਼ੁਰੂ ਹੋ ਗਿਆ। ਘੇਰ ਲਈ ਵਰਿਆਮੀ ਦੁਰਗਾ ਆ ਕੇ। ਹੁਣ ਦੁਰਗਾ ਦੇਵੀ ਨੂੰ ਆ ਕੇ ਬਹਾਦਰ ਰਾਕਸ਼ਾਂ ਨੇ ਆ ਕੇ ਚਾਰੇ ਪਾਸਿਓਂ ਘੇਰ ਲਿਆ। ਰਾਕਸ਼ ਵੱਡੇ ਅਲਾਮੀ ਭੱਜ ਨਾ ਜਾਣਦੇ। ਜਗਤ ਪ੍ਰਸਿੱਧ ਮਤਲਬ ਦੁਨੀਆਂ ਵਿੱਚ ਜਿਹੜੇ ਪ੍ਰਸਿੱਧ ਹੀ ਖੜ ਚੁੱਕੇ ਆ, ਜਿਹੜੇ ਰਾਕਸ਼ ਆ ਜਿਹੜੇ ਇੰਨੇ ਤਾਕਤਵਰ ਸੀ ਉਹ ਜੰਗ ਦਾ ਮੈਦਾਨ ਛੱਡਣਾ ਨਹੀਂ ਸੀ ਜਾਣਦੇ। ਅੰਤ ਹੋਏ ਸੁਰਗਾਮੀ ਮਾਰੇ ਦੇਵਤਾ। ਸੁਰਗਾਮੀ ਹੁੰਦਾ ਸੁਰਗਾਂ ਦੇ ਰਾਹ। ਕਹਿੰਦੇ ਅੰਤ ਦੇ ਵਿੱਚ ਜਿਹੜੀ ਦੁਰਗਾ ਦੇਵੀ ਇੰਨੀ ਜ਼ਿਆਦਾ ਬਹਾਦਰੀ ਨਾਲ ਲੜੀ, ਮਤਲਬ ਜੰਗ ਇੰਨਾ ਭਿਆਨਕ ਹੋਇਆ ਅਤੇ ਰਾਕਸ਼ਾਂ ਨੂੰ ਦੁਰਗਾ ਦੇਵੀ ਨੇ ਮਾਰ ਮਾਰ ਕੇ ਸਵਰਗਾਂ ਦੇ ਵਿੱਚ ਭੇਜ ਦਿੱਤਾ। ਨੈਕਸਟ ਹੈ, ਦੋਹਾਂ ਕੰਧਾਰਾਂ ਮੂੰਹ ਜੁੜੇ ਦਲ ਘੁਰੇ ਨਗਾਰੇ। ਹੁਣ ਜੰਗ ਦੇ ਮੈਦਾਨ ਦੇ ਵਿੱਚ ਨਗਾਰਾ ਵੱਜਿਆ ਅਤੇ ਦੋਹਾਂ ਪਾਸਿਆਂ ਦੀਆਂ ਫੌਜਾਂ ਨੇ ਜਿਹੜਾ ਯੁੱਧ ਆਰੰਭ ਕਰ ਦਿੱਤਾ। ਨੈਕਸਟ ਹੈ, ਓਰੜ ਆਏ ਸੂਰਮੇ ਸਰਦਾਰ ਰਣਿਆਰੇ। ਹੁਣ ਜਿਹੜੇ ਜੰਗ ਦੇ ਮੈਦਾਨ ਵਿੱਚ ਦੋਹਾਂ ਪਾਸਿਆਂ ਦੇ ਫੌਜਾਂ ਦੇ ਜਿਹੜੇ ਬਹਾਦਰ ਸੂਰਵੀਰ ਸੀ ਉਹ ਆ ਕੇ ਉਹਨਾਂ ਨੇ ਯੁੱਧ ਸ਼ੁਰੂ ਕਰ ਦਿੱਤਾ। ਲੈ ਕੇ ਤੇਗਾਂ ਵਰਸ਼ੀਆਂ ਹਥਿਆਰ ਵਾਰੇ। ਉਹਨਾਂ ਨੇ ਆਪਣੇ ਹੱਥ ਵਿੱਚ ਤਲਵਾਰਾਂ ਫੜੀਆਂ ਹੋਈਆਂ ਸੀ, ਵਰਸ਼ੀਆਂ ਫੜੀਆਂ ਸੀ ਅਤੇ ਹੋਰ ਹਥਿਆਰ ਫੜੇ ਹੋਏ ਸੀ। ਟੋਪ ਪਟੇਲਾਂ ਪਾਖਰਾਂ ਗੱਲ ਸੰਝ ਸਵਾਰੇ। ਉਹਨਾਂ ਨੇ ਆਪਣੇ ਸਿਰ ਦੇ ਉੱਤੇ ਕੀ ਲਿਆ ਹੋਇਆ ਸੀ, ਟੋਪ ਲਏ ਹੋਏ ਸੀ। ਠੀਕ ਆ, ਪਟੇਲਾਂ ਹੁੰਦੀਆਂ ਨੇ, ਤੁਸੀਂ ਕਹਿੰਦੇ ਹਾਂ ਜਿਵੇਂ ਆਪਾਂ ਗਲ ਲੋਹੇ ਦੀ ਜਾਲੀ ਹੁੰਦੀ ਆ ਜਿਹਨੂੰ ਅੱਖਾਂ ਦੇ ਨਾਲ ਆਪਾਂ ਢੱਕਣ ਦੇ ਲਈ ਫੌਜ ਦੇ ਵਿੱਚ ਵਰਤਦੇ ਸੀ। ਪਾਖਰਾਂ ਹੁੰਦੀਆਂ ਜਿਹੜੀਆਂ ਹੁੰਦੀਆਂ ਨੇ ਜਾਂ ਤਾਂ ਹਾਥੀਆਂ ਦਾ ਝੁੱਲ ਜਾਂ ਘੋੜਿਆਂ ਦੀ ਕਾਠੀ ਜਿਹਨੂੰ ਆਪਾਂ ਬੋਲਦੇ ਹਾਂ ਉਹ ਪਾਈ ਸੀ। ਉਹਨਾਂ ਨੇ ਆਪਣੇ ਸਿਰ ਦੇ ਉੱਤੇ ਟੋਪ ਲਿਆ ਹੋਇਆ ਸੀ, ਲੋਹੇ ਦੀਆਂ ਜਾਲੀਆਂ ਸੀ, ਘੋੜੇ ਦੇ ਉੱਤੇ ਕਾਠੀਆਂ ਪਾਈਆਂ ਹੋਈਆਂ ਸੀ ਅਤੇ ਆਪਣੇ ਜਿਹੜਾ ਗਲ ਨੂੰ ਜਿਹੜਾ ਸਰੀਰ ਨੂੰ ਆਪਣੇ ਸੰਜੋਆਂ ਪੈਂਦੀਆਂ ਹੋਈਆਂ ਸੀਗੀਆਂ। ਲੈ ਕੇ ਵਰਸ਼ੀ ਦੁਰਗਾ ਸ਼ਾਹ ਬਹੁਤ ਦਾਨਵ ਵਰਗੀ। ਦੁਰਗਾ ਦੇਵੀ ਨੇ ਆਪਣੇ ਹੱਥ ਦੇ ਵਿੱਚ ਵਰਸ਼ੀ ਫੜ ਕੇ ਬਹੁਤ ਸਾਰੇ ਰਾਕਸ਼ਾਂ ਨੂੰ ਮਾਰ ਦਿੱਤਾ। ਚੜ੍ਹੇ ਚੜ੍ਹੇ ਰੱਥ ਗੱਜ ਘੋੜੇ ਮਾਰ ਭੋਏ ਅਤੇ ਡਾਰੇ। ਕਹਿੰਦੇ ਦੁਰਗਾ ਦੇਵੀ ਨੇ ਆਪਣੇ ਜਿਹੜੇ ਇਹਦੇ ਵਿੱਚ ਗੱਜ, ਬੇਟਾ ਸੰਸਕ੍ਰਿਤ ਦੇ ਵਿੱਚ ਹਾਥੀ ਨੂੰ ਗੱਜ ਕਹਿੰਦੇ ਆ, ਕਹਿੰਦੇ ਜਿਹੜੇ ਰਾਕਸ਼ਸ ਘੋੜਿਆਂ 'ਤੇ ਚੜ੍ਹੇ ਹੋਏ ਸੀ, ਹਾਥੀਆਂ 'ਤੇ ਚੜ੍ਹੇ ਹੋਏ ਸੀ, ਉਹ ਸਾਰੇ ਮਾਰ ਮਾਰ ਕੇ ਧਰਤੀ 'ਤੇ ਭੋਏ, ਮਤਲਬ ਧਰਤੀ 'ਤੇ ਸੁੱਟ ਦਿੱਤਾ। ਜਣ ਹਲਵਾਈ ਸੀਖ ਨਾਲ ਵਿੰਨ ਬੜੇ ਉਤਾਰੇ। ਕਹਿੰਦੇ ਜਿਹੜੀ ਦੁਰਗਾ ਦੇਵੀ ਨੇ ਉਹਨਾਂ ਨੂੰ ਮਾਰ ਮਾਰਿਆ ਵਰਸ਼ੀ ਵਿੱਚ, ਉਹਦੇ ਬਿੰਨੇ ਹੋਏ ਜਿਹੜੇ ਰਾਕਸ਼ਸ ਆ ਇਸ ਤਰ੍ਹਾਂ ਲੱਗ ਰਹੇ ਸੀ ਜਿਵੇਂ ਹਲਵਾਈ ਨੇ ਬੜਿਆਂ ਨੂੰ ਸੀਖ 'ਤੇ ਪਰੋਇਆ ਹੋਵੇ, ਜਿਵੇਂ ਹਲਵਾਈ ਨੇ ਬੜਿਆਂ ਨੂੰ ਸੀਖ ਦੇ ਉੱਤੇ ਪਰੋਇਆ ਹੋਵੇ, ਇਹ ਤੁਹਾਨੂੰ ਸਮਝ ਆਵੇ। ਨੈਕਸਟ ਹੈ ਆਪਣਾ ਬੇਟਾ, ਦੋਹਾਂ ਕੰਧਾਰਾਂ ਮੂੰਹ ਜੜੇ ਨਾਲ ਧੌਂਸਾ ਭਾਰੀ। ਫਿਰ ਜੰਗ ਦੇ ਮੈਦਾਨ ਵਿੱਚ ਰਣਭੂਮੀ ਦੇ ਵਿੱਚ ਧੌਂਸਾ ਭਾਰੀ ਮਤਲਬ ਵੱਡੇ ਨਗਾਰੇ ਦੇ ਉੱਤੇ ਨਗਾਰਾ ਵੱਜਿਆ। ਲਈ ਭਗਵਤੀ ਦੁਰਗਾ ਸ਼ਾਹ ਵਰ ਜਾਗਣ ਭਾਰੀ। ਹੁਣ ਦੁਰਗਾ ਦੇਵੀ ਨੇ ਆਪਣੇ ਹੱਥ ਦੇ ਵਿੱਚ ਵਰ ਪ੍ਰਾਪਤ ਤਲਵਾਰ ਜਿਹੜੀ ਆ ਹੈ ਨਾ ਉਹ ਹੱਥ ਦੇ ਵਿੱਚ ਫੜ ਲਈ। ਲਾਈ ਰਾਜੇ ਸੁੰਭ ਨੂੰ ਰਤ ਪੀਏ ਪਿਆਰੀ। ਉਹਨੇ ਰਾਜੇ ਸੁੰਭ ਦੇ ਕੀ ਆ ਜਿਹੜੀ ਤਲਵਾਰ ਆਪਣੇ ਹੱਥ ਵਿੱਚ ਜਿਹੜੀ ਚਮਕਦਾਰ ਤਿੱਖੀ ਤਲਵਾਰ ਫੜੀ ਹੋਈ ਸੀ ਉਹ ਕਿਹਨੂੰ ਮਾਰੀ, ਰਾਜੇ ਸੁੰਭ ਨੂੰ। ਜਿਸ ਜਿਹੜਾ ਰੱਤ ਪੀਏ ਪਿਆਰੀ, ਉਹਨੇ ਜਦੋਂ ਉਹਨੂੰ ਪੀਆ ਤਾਂ ਜਿਹੜੀ ਤਲਵਾਰ ਆ ਉਹ ਪਿਆਸਿਆਂ ਵਾਂਗੂ ਉਹਦਾ ਖੂਨ ਪੀਤਾ ਮਤਲਬ ਲਹੂ ਪੀਤਾ। ਸੁੰਭ ਪਲਾਣੋਂ ਡਿੱਗੀ ਆ ਉਪਮਾ ਵਿਚਾਰੀ। ਜਿਹੜਾ ਰਾਕਸ਼ਾਂ ਦਾ ਰਾਜਾ ਸੀਗਾ ਸੁੰਭ, ਉਹ ਘੋੜੇ ਦੀ ਕਾਠੀ ਪਲਾਣੋਂ ਕੀ ਹੋਇਆ, ਘੋੜੇ ਦੀ ਕਾਠੀ ਤੋਂ ਡਿੱਗ ਪਿਆ ਤਾਂ ਕਵੀ ਨੇ ਕੀ ਉਪਮਾ ਵਿਚਾਰੀ। ਹੁਣ ਕਵੀ ਇਹਦੇ 'ਤੇ ਉਪਮਾ ਵਿਚਾਰਦਾ, ਜਦੋਂ ਉਹ ਡਿੱਗਿਆ, ਡੁੱਬ ਰੱਤੂ ਨਾਲੋਂ ਨਿਕਲੀ ਵਰਸ਼ੀ ਦਧਾਰੀ, ਜਾਣ ਰਜਾਦੀ ਉੱਤਰੀ ਪੈਨ ਸੂਹੀ ਸਾਰੀ। ਕਹਿੰਦੇ ਹੁਣ ਸਾਰੀ ਦਾ ਅਰਥ ਹੈ ਸਾੜੀ, ਸੂਹੀ ਹੁੰਦਾ ਲਾਲ ਰੰਗ ਦੀ। ਕਹਿੰਦੇ ਉਹਨੇ ਕਵੀ ਨੇ ਹੁਣ ਇੱਥੇ ਜਦੋਂ ਦੇਖ ਕੇ ਇਸ ਦ੍ਰਿਸ਼ ਨੂੰ ਦੇਖ ਕੇ ਇੱਕ ਉਪਮਾ ਕੀ ਵਿਚਾਰੀ ਆ, ਕਹਿੰਦਾ ਖੂਨ ਨਾਲ ਲਿਬੜੀ ਤਲਵਾਰ ਵਰਸ਼ੀ, ਜਿਹੜੀ ਤਾਂ ਵਰਸ਼ੀ ਸੀ ਉਹ ਕਿਸ ਤਰ੍ਹਾਂ ਲੱਗਦੀ ਸੀ, ਖੂਨ ਨਾਲ ਲਿਬੜੀ ਵਰਸ਼ੀ ਮਤਲਬ ਚਿੱਟੇ ਰੰਗ ਦੀ ਜਿਹੜੀ ਵਰਸ਼ੀ ਜਦੋਂ ਲਾਲ ਹੋ ਗਈ ਤਾਂ ਉਹ ਕਿਸ ਤਰ੍ਹਾਂ ਲੱਗਦੀ ਸੀ, ਜਿਵੇਂ ਕੋਈ ਸ਼ਹਿਜ਼ਾਦੀ ਲਾਲ ਰੰਗ ਦੀ ਸਾੜੀ ਪਹਿਨ ਕੇ ਆ ਰਹੀ ਹੋਵੇ। ਨੈਕਸਟ ਹੈ, ਦੁਰਗਾ ਅਤੇ ਦਾਨਵੀ ਭੇਡ ਪਿਆ ਸਵਾਹੀ। ਦੁਰਗਾ ਦੇਵੀ ਅਤੇ ਰਾਕਸ਼ਾਂ ਦਾ ਜਿਹੜੀ ਜੰਗ ਆ ਫਿਰ ਸਵੇਰੇ ਸਵੇਰੇ ਸ਼ੁਰੂ ਹੋ ਗਿਆ। ਮਤਲਬ ਦੁਰਗਾ ਦੇਵੀ ਮਤਲਬ ਦੇਵਤਿਆਂ ਦੀ ਜਿਹੜੀ ਅਗਵਾਈ ਕਰ ਰਹੀ, ਦੁਰਗਾ ਦੇਵੀ ਅਤੇ ਰਾਕਸ਼ਾਂ ਦਾ ਜਿਹੜੀ ਜੰਗ ਆ ਸਵੇਰੇ ਸਵੇਰੇ। ਫਿਰ ਸ਼ਸਤਰ ਪਜੂਤੇ ਦੁਰਗਾ ਸ਼ਾਹ ਗਹਿ ਸਾਵਨ ਸਵਨੀ ਮਾਹੀ।
ਦੁਰਗਾ ਦੇਵੀ ਨੇ ਆਪਣੀਆਂ ਸਾਰੀਆਂ ਜਿਹੜੇ ਬਾਹਾਂ ਦੇ ਵਿੱਚ ਸ਼ਸਤਰ ਫੜੇ ਹੋਏ ਸੀ। ਸੁੰਭ ਨਸੁੰਭ ਸੰਘਾਰਿਆ ਵੱਥ ਵੇਹ ਜੇਹੇ ਸਾਹੀ, ਸੁੰਭ ਅਤੇ ਨਸੁੰਭ ਕਹਿੰਦੇ ਸੰਘਾਰਿਆ ਮਤਲਬ ਕਤਲ ਕਰ ਦਿੱਤਾ, ਵੱਥ ਜੇਹੇ ਸਾਹੀ ਜਿਨ੍ਹਾਂ ਦੇ ਜਿਹੜੇ ਸਾਹ ਸੀ ਵਸਤੂਆਂ ਦੇ ਵਿੱਚ ਸੀ, ਸੁੰਭ ਅਤੇ ਨਸੁੰਭ ਦੇ ਕੀ ਆ ਵਸਤੂਆਂ ਦੇ ਵਿੱਚ ਸੀ, ਉਹ ਛੇਤੀ ਮਰ ਨਹੀਂ ਸਕਦੇ ਸੀ, ਫਿਰ ਵੀ ਉਹਨੇ ਕਿਹਨੂੰ ਮਾਰਤਾ ਸੁੰਭ ਅਤੇ ਨਸੁੰਭ ਰਾਜਿਆਂ ਦੇ, ਜਿਹੜੇ ਪਹਿਲਾਂ ਮੈਖਾਸੁਰ ਨੂੰ ਮਾਰਿਆ ਹੁਣ ਸੁੰਭ ਅਤੇ ਨਸੁੰਭ, ਫੌਜਾਂ ਰਾਕਸ ਆਰੀਆਂ ਦੇ ਖਰੋਵਨ ਤਾਹੀਂ। ਕਹਿੰਦੇ ਜਦੋਂ ਹੁਣ ਉਹਨਾਂ ਦੇ ਰਾਜੇ ਸੁੰਭ ਅਤੇ ਨਸੁੰਭ ਨੂੰ ਮਾਰਿਆ ਤਾਂ ਰਾਕਸ਼ਾਂ ਦੀਆਂ ਜਿਹੜੀਆਂ ਜਿਹੜੀਆਂ ਫੌਜਾਂ ਜਿਹੜੀਆਂ ਅਤੇ ਸੀਗੀਆਂ ਉਹ ਧਾਹਾਂ ਮਾਰ ਮਾਰ ਕੇ ਰੋਣ ਲੱਗੀਆਂ। ਮੂੰਹ ਕੜੂਚੇ ਘਾਹ ਦੇ ਛੱਡ ਘੋੜੇ ਰਾਹੀਂ ਭੱਜਦੇ ਹੋਏ ਮਾਰੀਅਨ ਮੁੜ ਝੱਕ ਨਹੀਂ। ਕਹਿੰਦੇ ਹੁਣ ਉਹਨਾਂ ਦੇ ਰਾਕਸ਼ਾਂ ਨੇ ਆਪਣੇ ਮੂੰਹਾਂ ਵਿੱਚ ਘਾਹ ਦੇ ਕੂਚੇ ਫੜ ਕੇ ਮਤਲਬ ਜੰਗ ਦਾ ਮਤਲਬ ਆਪਣੀ ਹਾਰ ਮੰਨ ਲਈ, ਕੀ ਮੰਨ ਲਈ ਆਪਣੀ ਹਾਰ ਮੰਨ ਕੇ ਭੱਜਣ ਲੱਗ ਗਏ। ਜਦੋਂ ਭੱਜ ਰਹੇ ਸੀ ਤਾਂ ਉਹਨਾਂ ਦੀ ਹਿੰਮਤ ਨਹੀਂ ਸੀਗੀ ਕਿ ਪਿੱਛੇ ਮੁੜ ਕੇ ਦੇਖ ਲੈਣ। ਨੈਕਸਟ ਹੈ ਸੁੰਭ ਨਸੁੰਭ ਪਠਾਇਆ ਜੰਮ ਦੇ ਧਾਮ ਨੂੰ। ਕਹਿੰਦੇ ਹੁਣ ਦੁਰਗਾ ਦੇਵੀ ਨੇ ਸੁੰਭ ਅਤੇ ਨਸੁੰਭ ਰਾਜੇ ਜਿਹੜੇ ਰਾਕਸ਼ਾਂ ਦੇ ਸੀਗੇ, ਰਾਜਾ ਸੁੰਭ ਅਤੇ ਨਸੁੰਭ ਉਹਨਾਂ ਨੂੰ ਮਾਰ ਕੇ ਜਮ ਲੋਕ ਭੇਜ ਦਿੱਤਾ। ਇੰਦਰ ਸੱਦ ਬੁਲਾਇਆ ਰਾਜ ਅਭਿਸ਼ੇਕ, ਉਹਨਾਂ ਨੇ ਰਾਜੇ ਇੰਦਰ ਨੂੰ ਰਾਜ ਤਿਲਕ ਲਾਉਣ ਲਈ ਬੁਲਾ ਲਿਆ। ਸਿਰ ਪਰ ਛਤਰ ਫਰਾਇਆ ਰਾਜੇ ਇੰਦਰ ਦੇ, ਉਹਨੇ ਕੀ ਆ ਰਾਜੇ ਇੰਦਰ ਨੂੰ ਦੇ ਉੱਤੇ ਸਿਰ 'ਤੇ ਛਤਰ ਚਲਾ ਦਿੱਤਾ। 14 ਲੋਕਾਂ ਛਾਇਆ ਜਸ ਜਗ ਮਾਰਦਾ, ਦੁਰਗਾ ਦੇਵੀ ਦੀ ਵਡਿਆਈ 14 ਲੋਕਾਂ ਵਿੱਚ ਹੋਣ ਲੱਗ ਪਈ। ਦੁਰਗਾ ਪਾਠ ਪੜ੍ਹਾਇਆ ਸੱਭੇ ਪੌੜੀਆਂ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਜਿਹੜਾ ਚੰਡੀ ਦੀ ਵਾਰ ਮਤਲਬ ਦੇ ਬਣਾਇਆ ਵਾ ਇਹ ਪੌੜੀਆਂ ਵਿੱਚ ਲਿਖਿਆ। ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ, ਜਿਹੜਾ ਇਸ ਪਾਠ ਜਿਹੜਾ ਚੰਡੀ ਦੀ ਵਾਰ ਪੜ੍ਹਦਾ ਉਹਦੀ ਉਹ ਫਿਰ ਦੁਬਾਰਾ ਜੂਨ 'ਤੇ ਜੂਨ 'ਚ ਨਹੀਂ ਪੈਂਦਾ, ਮਤਲਬ ਉਹਦੀ ਜਨਮ ਮਰਨ ਦੀ ਮੁਕਤੀ ਹੋ ਜਾਂਦੀ ਆ। ਇਸ ਕਰਕੇ ਜਿਹੜਾ ਹੁਣ ਚੰਡੀ ਦੀ ਵਾਰ ਆ ਇਹਨੂੰ ਧਿਆਨ ਦੇ ਨਾਲ ਬੱਚੇ ਤੁਸੀਂ ਸਾਰੀ ਵਿਆਖਿਆ ਕਰ ਲੈਣੀ ਹੈ, ਕਿਉਂਕਿ ਇਹਦੀ ਵਿਆਖਿਆ ਜਿਹੜੀ ਹੈਗੀ ਆ ਕਿਤਾਬ ਦੇ ਉੱਤੇ ਵੀ ਆ, ਅਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਕਰਕੇ ਇਹਦਾ ਆਪਣਾ ਪੂਰਾ ਸਮਝ ਲੈਣਾ। ਕੇਂਦਰੀ ਭਾਵ ਤੁਹਾਨੂੰ ਮੈਂ ਆਲਰੇਡੀ ਲਿਖਵਾਇਆ ਹੋਇਆ, ਇਸ ਕਰਕੇ ਇਹਦੇ ਕੇਂਦਰੀ ਭਾਵ ਅਤੇ ਵਿਆਖਿਆ ਅਤੇ ਵੈਰੀ ਸ਼ੋਰਟ ਕੁਐਸਚਨ ਤੁਹਾਨੂੰ ਮੈਂ ਕੱਲ੍ਹ ਨੈਕਸਟ ਡੇ ਭੇਜ ਦੂੰਗੀ। ਦੋਨੇ ਇਹਦੇ ਵਨ ਵਰਡ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆਉਣੇ ਆ ਅਤੇ ਕੇਂਦਰੀ ਭਾਵ ਅਤੇ ਵਿਆਖਿਆ ਇਹਨਾਂ ਦੇ ਵਿੱਚ ਆਉਣੀ ਆ। ਚਲੋ ਫਿਰ ਆਪਾਂ ਨੈਕਸਟ ਲੈਕਚਰ ਦੇ ਵਿੱਚ ਮਿਲਦੇ ਹਾਂ। ਥੈਂਕ ਯੂ।